ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ ਸਦਾ ਬਰਤ ਰੋਪੜ ਦੇ ਆਓ ਦਰਸ਼ਨ ਕਰੀਏ। 10 ਗੁਰੂ ਸਾਹਿਬਾਨਾਂ ਦੇ ਵਿੱਚੋਂ 6 ਸਿੱਖ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ। ਰੂਪਨਗਰ ਜ਼ਿਲ੍ਹਾ ਹੈੱਡਕੁਆਟਰ 'ਤੇ ਸਥਿਤ ਇਹ ਸਥਾਨ ਰੂਪਨਗਰ ਤੋਂ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਹੋਏ ਨੈਸ਼ਨਲ ਹਾਈਵੇ ਦੇ ਉੱਪਰ ਖੱਬੇ ਹੱਥ 'ਤੇ ਸਥਿਤ ਹੈ। ਹੈੱਡ ਗ੍ਰੰਥੀ ਗਿਆਨੀ ਪਵਿੱਤਰ ਸਿੰਘ ਦੇ ਕੋਲੋਂ ਆਓ ਇਸ ਸਥਾਨ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰੀਏ। ਇਸ ਦੇ ਨਾਲ ਹੀ ਸੰਬੰਧਿਤ ਗੁਰਦੁਆਰਾ ਇਤਿਹਾਸ ਸਥਾਨ ਗੁਰੂਗੜ੍ਹ ਸਦਾ ਬਰਤ, ਜਿਸ ਸਥਾਨ 'ਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ, ਸ਼੍ਰੀ ਗੁਰੂ ਹਰਿਰਾਏ ਮਹਾਰਾਜ, ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਸਨ। ਇਸ ਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਜਦੋਂ ਪਟਨੇ ਤੋਂ ਵਾਪਸ ਆਏ, ਇਸ ਸਥਾਨ 'ਤੇ ਸੰਗਤਾਂ ਨੇ ਲੰਗਰ ਲਾਇਆ ਸੀ। ਪਹਿਲੀ ਵਾਰੀ ਗੋਬਿੰਦ ਰਾਏ ਜੀ ਦੇ ਚਰਨ ਪਏ ਸੀ ਇਸ ਇਲਾਕੇ ਦੇ ਵਿੱਚ, ਕਿਉਂਕਿ ਉਹਨਾਂ ਦਾ ਬਚਪਨ ਜਿਹੜੀ ਹੈ ਉਹ ਪਟਨਾ ਸਾਹਿਬ ਦੀ ਧਰਤੀ 'ਤੇ ਹੈ ਅਤੇ ਸਤਿਗੁਰੂ ਪਰਿਵਾਰ ਸਮੇਤ ਆਏ, ਗੁਰੂ ਨਾਨਕ ਸਾਹਿਬ ਨੇ ਭਾਗ ਲਾਏ। ਗੁਰੂਗੜ੍ਹ ਸਦਾ ਬਰਤ ਵਿਖੇ ਸੰਗਤਾਂ ਦਾ ਆਉਣਾ ਜਾਣਾ ਰਹਿੰਦਾ ਸੀ, ਇਸ ਕਰਕੇ ਇਹਦਾ ਨਾਂ ਗੁਰੂਗੜ੍ਹ ਪਿਆ। ਉਹ ਗੁਰੂਆਂ ਦੀ ਨਗਰੀ ਹੋਣ ਕਰਕੇ, ਗੁਰੂਆਂ ਦੇ ਆਉਣੇ ਜਾਣੇ ਕਰਕੇ ਅਤੇ ਗੁਰਸਿੱਖਾਂ ਦੀ ਜੋ ਸੰਗਤਾਂ ਵਿਸਾਖੀਆਂ ਦੇ ਦਿਹਾੜੇ ਪਰ, ਹੋਲੇ ਮਹੱਲੇ ਦਿਹਾੜੇ ਪਰ, ਆਮ ਦਿਨਾਂ ਵਿੱਚ ਆਉਣੇ ਜਾਣੇ ਪੁਰਾਤਨ ਸਮੇਂ 'ਚ ਇਸ ਜਗ੍ਹਾ 'ਤੇ ਗੁਰੂ ਕਾ ਲੰਗਰ ਹੋਇਆ ਕਰਦੇ ਸਨ, ਸੱਜਿਆ ਕਰਦੇ ਸਨ। ਅੱਜ ਵੀ ਉੱਥੇ ਸੇਵਾਵਾਂ ਚੱਲਦੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਸਾਹਿਬ ਵਿਖੇ ਬਾਉਲੀ ਸਾਹਿਬ, ਜਿਸ ਬਾਉਲੀ ਦੇ ਚਰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਪਾਏ ਸਨ, ਅੱਜ ਵੀ ਉਸ ਬਾਉਲੀ ਦਾ ਸੰਗਤਾਂ ਸ਼ਰਧਾ ਭਾਵਨਾ ਰੱਖਦੀਆਂ ਵੀ ਸਰੀਰਕ ਦਾ ਕਿਸੇ ਨੂੰ ਵੀ ਕੋਈ ਰੋਗ ਹੋਵੇ ਕਿਸੇ ਪ੍ਰਕਾਰ ਦਾ, ਇਸ਼ਨਾਨ ਕਰਕੇ ਉਹਦਾ ਰੋਗ ਦੂਰ ਹੋ ਜਾਂਦਾ। ਬਾਉਲੀ ਸਾਹਿਬ ਦੀ ਸੇਵਾ ਵੀ ਸੰਗਤਾਂ ਲੋਕਲ ਕਰਦੀਆਂ, ਨਾਲ ਕਾਰ ਸੇਵਾ ਵੀ ਚੱਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂਗੜ੍ਹ ਸਦਾ ਬਰਤ ਦਾ ਜੋ ਸੰਖੇਪ ਅਗਲਾ ਪੰਨੇ ਦਾ ਇਤਿਹਾਸ ਹੈਗਾ ਆਪਣਾ, ਕਿਉਂਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਧਰਮ ਸਥਾਨ ਪੂਜਣ ਯੋਗ ਆ, ਸਨਮਾਨ ਯੋਗ ਆ ਗੁਰੂਆਂ ਭਗਤਾਂ ਗੁਰਸਿੱਖਾਂ ਦੇ ਸ਼ਹੀਦ ਸਿੰਘਾਂ ਦੇ, ਪਰ ਇੱਕ ਵਿਲੱਖਣਤਾ ਰੋਪੜ ਦੀ ਧਰਤੀ ਦੀ ਸਾਡੀ ਹੈ ਕਿ ਇੱਥੇ 6 ਗੁਰੂਆਂ ਦੇ ਲਗਾਤਾਰ ਕੁਛ ਕੁਛ ਸਾਲਾਂ ਤੋਂ ਬਾਅਦ ਚਰਨ ਪੈ ਜਾਣੇ, ਇੱਕ ਆਪਣੇ ਆਪ ਦੇ ਵਿੱਚ ਵਿਲੱਖਣ ਇਤਿਹਾਸ ਆ ਗੁਰੂਗੜ੍ਹ ਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 6 ਪਾਤਸ਼ਾਹੀਆਂ ਦੇ ਚਰਨ ਪੈਣੇ, ਇਹ ਵੀ ਇੱਕ ਬਹੁਤ ਮਹਾਨ ਆਪਣੇ ਆਪ ਦੇ ਵਿੱਚ ਇਤਿਹਾਸ ਆ। ਆਓ ਇਹਨਾਂ ਇਤਿਹਾਸਾਂ ਨਾਲ, ਪਰਿਵਾਰਾਂ ਨਾਲ, ਬੱਚਿਆਂ ਨਾਲ ਸਾਰੇ ਜਣੇ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।